ਅੱਜ ਬੜੇ ਦਿਨਾਂ ਦਾ ਮਨ ਸੀ ਵੀ ਮੈਂ ਆਪਣੇ ਪੰਜਾਬ ਦੇ ਲੋਕਾਂ ਨਾਲ ਲਾਈਵ ਹੋਵਾਂ, ਲਾਈਵ ਜੁੜਾਂ, ਖਾਸ ਕਰਕੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਮੇਰਾ ਬੜੀ ਹੌਸਲਾ ਅਫਜਾਈ ਕੀਤੀ ਅਤੇ ਮੈਨੂੰ ਜਦੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਅਪਲਾਈ ਕੀਤੀ ਤਾਂ ਲੋਕਾਂ ਦੇ ਬੜੇ ਟੈਲੀਫੋਨ ਪਰਸਨਲੀ ਮਿਲ ਕੇ ਗਏ ਵੀ ਇਸ ਵਾਰ ਤੁਸੀਂ ਕੰਟੈਸਟ ਕਰੋ ਲੋਕ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਜਦੋਂ 2024 ਦੀ ਇਲੈਕਸ਼ਨ ਦੀ ਗੱਲ ਚੱਲੀ ਤਾਂ ਮੈਂ ਫਤਿਹਗੜ੍ਹ ਸਾਹਿਬ ਤੋਂ ਮੈਨੂੰ ਕੈਂਡੀਡੇਟ ਬਣਨ ਦਾ ਮੌਕਾ ਲੱਗਿਆ ਤਾਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੇ ਕਿਹਾ ਵੀ ਯੰਗ ਨੂੰ ਅੱਗੇ ਲੈ ਕੇ ਆਉਣਾ, ਰਾਹੁਲ ਗਾਂਧੀ ਜੀ ਨੇ ਤਾਂ ਮੈਂ ਕੈਂਡੀਡੇਟ ਬਣਿਆ। ਪਰ ਇੱਥੇ ਮੇਰੇ ਨਾਲ ਇੱਕ ਬਹੁਤ ਵੱਡਾ ਵਿਸ਼ਵਾਸਘਾਤ ਇੱਕ ਲੀਡਰ ਐਸੀ ਨੇ ਕੀਤਾ ਜਿਹੜਾ ਕਿ ਮੂੰਹ 'ਤੇ ਤਾਂ ਵੀਰ ਜੀ ਵੀਰ ਜੀ ਕਹਿੰਦਾ ਇਲੈਕਸ਼ਨ ਵੀ ਲੜ ਰਹੇ ਨੇ, ਪਰ ਉਹ ਨਹੀਂ ਚਾਹੁੰਦੇ ਸੀ ਵੀ ਕੋਈ ਉਹਨਾਂ ਦੇ ਬਰਾਬਰ ਦੇ ਜਿਹੜੇ ਨੌਜਵਾਨ ਅੱਗੇ ਆਉਂਦੇ ਨੇ ਉਹ ਬਰਾਬਰ ਹੋਣ ਅਤੇ ਲੀਡਰਸ਼ਿਪ ਡਿਵੈਲਪ ਹੋ ਸਕੇ। ਪਰੰਤੂ ਬਦਕਿਸਮਤੀ ਇਹ ਜਿਹੜੇ ਜਨਰਲ ਕੈਟਾਗਰੀ ਦੇ ਵੀ ਨੌਜਵਾਨ ਲੀਡਰ ਨੇ ਉਹਨਾਂ ਨੂੰ ਵੀ ਅਸਟੈਬਲਿਸ਼ ਲੀਡਰ ਨਹੀਂ ਹੋਣ ਦਿੰਦੇ ਵੀ ਜਨਰਲ ਕੈਟਾਗਰੀ ਦੇ ਨੌਜਵਾਨ ਵੀ ਅੱਗੇ ਆਉਣ, ਇਸੇ ਤਰ੍ਹਾਂ ਐਸੀ ਕੈਟਾਗਰੀ ਦੇ ਅਸਟੈਬਲਿਸ਼ ਲੀਡਰ ਵੀ ਨਹੀਂ ਚਾਹੁੰਦੇ ਕਿ ਵੀ ਐਸੀ ਲੀਡਰ ਅੱਗੇ ਆਉਣ। ਪਰ ਅੱਜ ਦੇਸ਼ ਅੰਦਰ ਜਿਹੜੀ ਸੋਚ ਆ ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀ ਮਲਕਾਰਜੁਨ ਖੜਗੇ ਸਾਹਿਬ, ਕਾਂਗਰਸ ਪਾਰਟੀ ਲੈ ਕੇ ਚੱਲੀ ਆ ਵੀ ਦੇਸ਼ ਦਾ ਸੰਵਿਧਾਨ ਬਚਾਉਣਾ, ਡੈਮੋਕ੍ਰੇਸੀ ਕੰਟਰੀ ਆ ਸਾਡਾ, ਲੋਕਤੰਤਰ ਨੂੰ ਬਚਾਉਣਾ, ਲੋਕਤੰਤਰ ਦਾ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਸਾਡੇ ਦੇਸ਼ ਅੰਦਰ, ਨਹੀਂ ਪੂਰਾ ਵਿਸ਼ਵ ਦੇਖ ਰਿਹਾ ਵੀ ਅੱਜ ਭਾਰਤ ਅੰਦਰ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਭਾਰਤ ਦੇ ਲੋਕਾਂ ਅੰਦਰ ਇਹ ਸਹਿਮ ਪੈਦਾ ਹੋਇਆ ਵਾ ਵੀ ਹਰ ਇੱਕ ਜਮਾਤ ਨੂੰ, ਚਾਹੇ ਉਹ ਐਸ ਸੀ ਆ, ਬੀ ਸੀ ਆ, ਚਾਹੇ ਕਿਸੇ ਤਰ੍ਹਾਂ ਦੀ ਜਮਾਤ, ਕਾਂਗਰਸ ਪਾਰਟੀ ਆ, ਕੋਈ ਪਾਰਟੀ ਆ, ਉਹਦੇ ਲੀਡਰਾਂ ਨੂੰ ਦਬਕਾਓ, ਧਮਕਾਓ ਅਤੇ ਦੇਸ਼ ਅੰਦਰ ਆਪਣਾ ਰਾਜ ਸਥਾਪਿਤ ਕਰੋ। ਪਰ ਮੈਨੂੰ ਵੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਕਾਲਾਂ ਆਈਆਂ, ਬਹੁਤ ਸਾਰੇ ਲੋਕਾਂ ਦੇ ਫੋਨ ਆਏ, ਪ੍ਰੈਸ 'ਚ ਬੇਬੁਨਿਆਦ ਖਬਰਾਂ ਚੱਲੀਆਂ ਵੀ ਲਖਵੀਰ ਸਿੰਘ ਲੱਖਾ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਿਹਾ। ਪਰ ਮੈਂ ਡਾਕਟਰ ਅੰਬੇਡਕਰ ਸਾਹਿਬ ਨੂੰ ਪੜ੍ਹਿਆ ਹੋਇਆ, ਡਾਕਟਰ ਅੰਬੇਡਕਰ ਸਾਹਿਬ ਦੀ ਸੋਚ 'ਤੇ ਪਹਿਰਾ ਦੇਣਾ। ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਵੀ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਪਰਪੱਖ 'ਤੇ ਖੜ੍ਹੇ ਕਰਨਾ, ਤਾਂ ਉਹਨਾਂ ਕੜੀ ਵਿੱਚ ਦਾਸ ਵੀ ਉਹਨਾਂ ਦਾ ਪੈਰੋਕਾਰ ਬਣਿਆ ਅਤੇ ਡਾਕਟਰ ਅੰਬੇਡਕਰ ਦੀ ਸੋਚ 'ਤੇ ਅੱਜ ਜਿਹੜਾ ਰਾਹੁਲ ਗਾਂਧੀ ਜੀ ਪਹਿਰਾ ਦੇ ਰਹੇ ਨੇ ਵੀ ਜਿੰਨੀ ਜਿਹਦੀ ਹਿੱਸੇਦਾਰੀ ਉਨੀ ਉਸਦੀ ਭਾਗੇਦਾਰੀ ਸਮਾਜ ਵਿੱਚ ਅਤੇ ਸਰਕਾਰਾਂ ਵਿੱਚ ਹੋਵੇ, ਉਸ 'ਤੇ ਮੈਂ ਪਹਿਰਾ ਦੇਣ ਲਈ ਕਦੇ ਵੀ ਕਾਂਗਰਸ ਪਾਰਟੀ ਨੂੰ ਨਹੀਂ ਛੱਡੂੰਗਾ। ਅਤੇ ਜਿਹੜੀਆਂ ਬੇਬੁਨਿਆਦ ਝੂਠੀਆਂ ਖਬਰਾਂ ਆਉਂਦੀਆਂ ਨੇ ਇਹਦਾ ਮੈਂ ਵਿਰੋਧ ਕਰਦਾ ਅਤੇ ਨਾ ਲਾਈਆਂ ਜਾਣ, ਕਿਸੇ ਦੇ ਅਕਸ ਨੂੰ ਖਰਾਬ ਨਾ ਕੀਤਾ ਜਾਵੇ। ਬੀਜੇਪੀ ਭਾਜਪਾ 'ਚ ਕਦੇ ਮੈਂ ਸੋਚ ਹੀ ਨਹੀਂ ਸਕਦਾ ਵੀ ਕਾਂਗਰਸ ਪਾਰਟੀ ਛੱਡੂੰ, ਕਿਉਂਕਿ ਰਾਹੁਲ ਗਾਂਧੀ ਜੀ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਕਰਕੇ ਦੇਸ਼ ਅੰਦਰ ਤਬਦੀਲੀ ਜਿਹੜੀ ਲਿਆਂਦੀ, ਉਹਦੇ ਵਿੱਚ ਮੈਂ ਇਕੱਲਾ ਨਹੀਂ, ਸਾਡੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਸ ਕੜੀ 'ਚ ਆਏ ਨੇ, ਕੁਲਵੀਰ ਸਿੰਘ ਜੀਰਾ ਉਸ ਕੜੀ 'ਚ ਆਏ ਨੇ, ਸੁਖਪਾਲ ਸਿੰਘ ਭੁੱਲਰ ਉਸ ਕੜੀ 'ਚ ਆਏ ਨੇ, ਸੁਖਵਿੰਦਰ ਸਿੰਘ ਡੈਣੀ ਉਸ ਕੜੀ 'ਚ ਆਏ ਨੇ, ਖੁਸ਼ਵਾਲ ਸਿੰਘ ਜਟਾਣਾ ਉਸ ਕੜੀ 'ਚ ਆਏ ਨੇ, ਗੁਰਜੋਤ ਢੀਂਡਸਾ ਉਸ ਕੜੀ 'ਚ ਆਇਆ ਵਾ, ਅਤੇ ਬਹੁਤ ਸਾਰੇ ਸਾਥੀ ਸਾਡੇ ਵਰਿੰਦਰ ਢਿੱਲੋਂ ਉਸ ਕੜੀ 'ਚ ਆਇਆ, ਵਿਕਰਮਜੀਤ ਚੌਧਰੀ ਉਸ ਕੜੀ 'ਚ ਆਇਆ, ਸੋ ਬਹੁਤ ਸਾਰੇ ਸਾਥੀ ਸਾਡੇ ਉਸ ਕੜੀ 'ਚੋਂ ਆਏ ਨੇ। ਇਹ ਮੇਰੇ ਸਾਰੇ ਨੌਜਵਾਨ ਦੋਸਤ ਸਾਥੀਆਂ ਨੂੰ ਅਪੀਲ ਆ ਵੀ ਆਪਾਂ ਰਲ ਕੇ ਇੱਕ ਇਹੋ ਜਿਹੀ ਸਟਰੈਂਥ ਕਾਇਮ ਕਰੀਏ ਤਾਂ ਕਿ ਜਿਹੜੇ ਸਟੈਪਸ ਲੀਡਰ ਸਾਨੂੰ ਖਰਾਬ ਕਰਦੇ ਨੇ ਉਹਨਾਂ ਨਾਲ ਵੀ ਨਿਪਟਿਆ ਜਾ ਸਕੇ ਅਤੇ ਰਾਹੁਲ ਗਾਂਧੀ ਦੀ ਸੋਚ 'ਤੇ ਪਹਿਰਾ ਦੇ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਜਾ ਸਕੇ। ਆਉਣ ਵਾਲੀਆਂ ਜਿਹੜੀਆਂ 1 ਜੂਨ ਨੂੰ ਪੰਜਾਬ ਅੰਦਰ ਚੋਣਾਂ ਨੇ ਲੋਕ ਸਭਾ ਦੀਆਂ, ਉਹਨਾਂ ਨੂੰ ਲੈ ਕੇ ਡਟ ਕੇ ਅਸੀਂ ਆਪਣੇ ਉਮੀਦਵਾਰਾਂ ਨੂੰ ਜਿਤਾਈਏ, ਚਾਹੇ ਕੈਂਡੀਡੇਟ ਕੋਈ ਹੋਵੇ। ਸਾਨੂੰ ਸਿਰਫ ਅਤੇ ਸਿਰਫ ਚਿਹਰਾ ਰਾਹੁਲ ਗਾਂਧੀ ਦਾ ਦੇਖਣਾ ਚਾਹੀਦਾ ਅਤੇ ਨਾਲ ਦੀ ਨਾਲ ਭਾਰਤ ਦੇ ਸੰਵਿਧਾਨ ਨੂੰ ਬਚਾਉਣ 'ਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ। ਮੈਂ ਖਾਸ ਕਰਕੇ ਆਪਣੇ ਪੈਲ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਅੱਖਾਂ 'ਤੇ ਬਿਠਾਇਆ,
ਤੇ ਇੰਨਾ ਮਾਣ ਸਤਿਕਾਰ ਦਿੱਤਾ। ਹਰ ਇੱਕ ਦੇ ਦੁੱਖ ਸੁੱਖ ਖੁਸ਼ੀ ਗਮੀ ਵਿੱਚ ਮੈਂ ਜਾਣਾ ਤੇ ਆਪਣੇ ਬੱਚਿਆਂ ਵਾਂਗ ਛੋਟੇ ਭਾਈਆਂ ਵਾਂਗ ਪਿਆਰ ਦਿੰਦੇ ਨੇ। ਤੇ ਮੈਂ ਬੇਨਤੀ ਕਰਦਾ ਵੀ ਆਉਣ ਵਾਲੀ 1 ਜੂਨ ਨੂੰ ਆਪਾਂ ਡਾਕਟਰ ਅਮਰ ਸਿੰਘ ਜੀ ਨੂੰ ਪਹਿਲ ਹਲਕੇ ਚ ਫਤਿਹਗੜ੍ਹ ਪੂਰੇ ਹਲਕੇ ਅੰਦਰੋਂ ਵੱਧ ਤੋਂ ਵੱਧ ਜੋਤਾਂ ਵੋਟਾਂ ਦੇ ਪਹਿਲ ਹਲਕੇ ਚ ਦਿਤਾਈਏ ਤਾਂ ਕਿ ਸਾਬਤ ਹੋ ਸਕੇ ਵੀ ਕਾਂਗਰਸ ਪਾਰਟੀ ਦ੍ਰਿੜ ਇਰਾਦਾ ਉੱਚੀ ਸੋਚ ਲੈ ਕੇ ਪਹਿਲ ਹਲਕੇ ਅੰਦਰ ਮੌਜੂਦ ਆ।